ਉਹ ਕਹਿੰਦੇ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹਦੀ ਕੁਰਸੀ ਵੱਡੀ ਹੋਵੇ, ਉਹ ਵੀ ਨਹੀਂ ਵੱਡਾ ਹੁੰਦਾ ਜਿਹੜਾ ਵੱਡੀਆਂ ਗੱਲਾਂ ਕਰੇ, ਉਹ ਵੀ ਨਹੀਂ ਵੱਡਾ ਹੁੰਦਾ ਜਿਹਦੀ ਉਮਰ ਬਹੁਤ ਵੱਡੀ ਹੋਵੇ। ਮੈਂ ਕਿਹਾ ਡਾਕਟਰ ਵੱਡਾ ਫਿਰ ਹੁੰਦਾ ਕੌਣ ਹੈ? ਕਹਿੰਦਾ ਵੱਡਾ ਬੰਦਾ ਉਹ ਹੁੰਦਾ ਜਿਹਦੇ ਕੋਲ ਬੈਠੇ ਬੰਦੇ ਨੂੰ ਕਦੇ ਆਪਣੇ ਛੋਟੇ ਹੋਣ ਦਾ ਅਹਿਸਾਸ ਨਾ ਹੋਵੇ।